ਸਾਧ ਸੰਗਤ ਦੇ ਜਿਹੜਾ ਜਨਮ ਸੰਸਕਾਰ ਹੈ ਭਾਵੇਂ ਭਚੰਗੀ ਦਾ ਹੋਵੇ ਭਾਵੇਂ ਭਚੰਗਣ ਦਾ, ਉਹ ਸਰਬਲੋਹ ਦੇ ਬਾਟੇ ਵਿੱਚ ਥੋੜ੍ਹਾ ਜਲ ਪਾ ਕੇ ਕਾਤਰੇ ਵਾਲੀ ਕਿਰਪਾਨ ਮਾਂਜ ਕੇ ਚੰਗੀ ਤਰ੍ਹਾਂ ਸਰਬਲੋਹ ਦੀ ਸਤਿਗੁਰੂ ਦੇ ਚਰਨਾਂ ਵਿੱਚ ਬਾਟਾ ਰੱਖ ਕੇ ਭੂਰੇ ਦੇ ਉੱਤੇ ਕੰਬਲ ਦੇ ਉੱਤੇ ਫਿਰ ਅਰਦਾਸ ਕਰਕੇ ਵਿੱਚ ਪੰਜ ਪਤਾਸੇ ਪਾ ਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਅੰਮ੍ਰਿਤ ਤਿਆਰ ਕਰਨਾ ਔਰ ਫਿਰ ਅਰਦਾਸ ਕਰਨੀ ਆਏ ਹੋਏ ਸ਼੍ਰੀ ਮੁਖ ਵਾਕ ਦੇ ਪਹਿਲੇ ਅੱਖਰ ਤੋਂ ਨਾਮਕਰਨ ਕਰਨਾ, ਫਿਰ ਉਹ ਅੰਮ੍ਰਿਤ ਲਿਜਾ ਕੇ ਭਚੰਗੀ ਸਿੰਘ ਹੈ ਤਾਂ ਭਚੰਗੀ ਦੇ ਮੂੰਹ ਦੇ ਵਿੱਚ ਕਿਰਪਾਨ ਦੀ ਨੋਕ ਦੇ ਨਾਲ ਪੰਜ ਬੂੰਦਾਂ ਅੰਮ੍ਰਿਤ ਦੀਆਂ ਪਾਉਣੀਆਂ ਔਰ ਨੇਤਰਾਂ ਵਿੱਚ ਛਿੱਟਾ, ਮਸਤਕ ਤੇ ਔਰ ਸੀਸ ਵਿੱਚ ਬਚਦਾ ਅੰਮ੍ਰਿਤ ਭਚੰਗੀ ਦੀ ਮਾਂ ਨੂੰ। ਜੇ ਭਚੰਗਣ ਹੋਈ ਹੈ, ਲੜਕੀ ਹੈ ਤਾਂ ਵੀ ਇਸੇ ਤਰ੍ਹਾਂ। ਇਹ ਜਨਮ ਸੰਸਕਾਰ ਦੀ ਮਰਿਆਦਾ ਹੈ। ਮਹਾਂਪੁਰਖ ਕਹਿਣ ਲੱਗੇ ਜਾਓ ਜਨਮ ਸੰਸਕਾਰ ਦੀ ਮਰਿਆਦਾ ਕਰਕੇ ਆਓ। ਮਰਿਆਦਾ ਹੋਈ, ਕਹਿਣ ਲੱਗੇ ਗਜਪਤ ਸਿੰਘ ਪੰਜ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੇਨਤੀ ਕਰਕੇ ਖੜੇ ਕਰ ਔਰ ਪੰਜ ਸਿੰਘਾਂ ਤੋਂ ਇਸ ਬੱਜਰ ਗੁਨਾਹ ਦੀ ਸਾਰਾ ਪਰਿਵਾਰ ਮੁਆਫ਼ੀ ਮੰਗੋ ਕਿ ਸਾਡੇ ਹੱਥੋਂ ਬੜਾ ਵੱਡਾ ਪਾਪ ਹੋਣ ਲੱਗਾ ਸੀ, ਜਦੋਂ ਪੰਜ ਸਿੰਘ ਤੈਨੂੰ ਸੇਵਾ ਤਨਖਾਹ ਲਾ ਦੇਣ ਫਿਰ ਪ੍ਰਸ਼ਾਦਾ ਜਲ ਪਾਣੀ ਲੈ ਕੇ ਆਈ, ਫਿਰ ਛਕਾਂਗੇ ਨਹੀਂ, ਉਨਾ ਚਿਰ ਨਹੀਂ ਛਕਣਾ। ਸਰਦਾਰ ਗਜਪਤ ਸਿੰਘ ਨੇ ਗੁਰਸਿੱਖ ਸਿੰਘਾਂ ਤੋਂ ਬੱਚੀ ਦਾ, ਸਾਧ ਸਿੰਘ ਜੀ ਜਦੋਂ ਬੱਚੀ ਦਾ ਸੰਸਕਾਰ ਕਰਾਉਣਾ ਕਿਸੇ ਗੁਰਮੁਖ ਆਤਮਾ ਤੋਂ ਕਰਾਉਣਾ ਚਾਹੀਦਾ, ਨਾਮ ਜਪਣ ਵਾਲੇ ਤੋਂ, ਸੇਵਾ ਸਿਮਰਨ ਕਰਨ ਵਾਲੇ ਤੋਂ, ਰਹਿਤ ਬਹਿਤ ਵਾਲੇ ਗੁਰਸਿੱਖ ਤੋਂ ਕਰਾਉਣਾ ਚਾਹੀਦਾ, ਢਲਿਆਈ ਵਾਲੇ ਤੋਂ ਕਦੇ ਜਨਮ ਸੰਸਕਾਰ ਨਹੀਂ ਕਰਾਉਣਾ। ਇਹ ਖਿਆਲ ਰੱਖਣਾ, ਬਹੁਤ ਵੱਡਾ ਅਸਰ ਪੈਂਦਾ ਬੱਚੇ ਦੇ ਜੀਵਨ ਵਿੱਚ। ਉਹਦਾ ਜੀਵਨ ਜਦੋਂ ਕਰਨੀ ਵਾਲੇ ਗੁਰਮੁਖ ਦੇ ਹੱਥੋਂ ਅੰਮ੍ਰਿਤ ਸੰਸਕਾਰ ਹੋਏਗਾ ਤਾਂ ਸਾਧ ਸੰਗਤ ਜੀ ਉਸ ਬੱਚੇ ਬੱਚੀ ਦੇ ਉੱਤੇ ਖਾਸ ਗੁਰੂ ਦੀ ਨਿਗਾਹ, ਖਾਸ ਕਿਰਪਾ ਹੁੰਦੀ ਹੈ। ਗੁਰਮੁਖਾਂ ਦੀ ਨਿਗਾਹ ਵਿੱਚ, ਗੁਰਮੁਖਾਂ ਦੇ ਹੱਥਾਂ ਵਿੱਚ ਨਾਮ ਬਾਣੀ ਵਸਦੀ ਹੈ, ਸਿਮਰਨ ਵਸਦਾ। ਢਲਿਆਈ ਵਾਲੇ ਤੋਂ ਜਨਮ ਸੰਸਕਾਰ ਕਰਾ ਲਓ, ਬੱਚੇ ਢਲਿਆਈ ਵਾਲੇ ਬਣ ਜਾਂਦੇ। ਇਹ ਖਿਆਲ ਰੱਖਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਸੋ ਜਨਮ ਸੰਸਕਾਰ ਦੀ ਮਰਿਆਦਾ ਬਹੁਤ, ਗੁਰਮੁਖ ਕਿਸੇ ਗੁਰਸਿੱਖ ਤੋਂ, ਨਾਮ ਜਪਣ ਵਾਲੇ ਤੋਂ, ਗੁਰਮੁਖ ਤੋਂ, ਰਹਿਤਵਾਨ ਤੋਂ ਕਰਾਉਣੀ ਚਾਹੀਦੀ।